ਅੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹਾਂ ਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 골ਡਨ ਚਾਂਸ ਮੋਰ ਪ੍ਰੀਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ 10ਵੀਂ ਤੇ 12ਵੀਂ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜੋਨੇ ਜਾਰੀ ਕੀਤੇ ਗਏ ਨੇ ਕੀ ਦਿਸ਼ਾ ਨਿਰਦੇਸ਼ ਨੇ ਅੱਗੇ ਵੀਡੀਓ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਣਾ ਤਾਂ ਚਲੋ ਕਰਦੇ ਹਾਂ ਵੀਡੀਓ ਨੂੰ ਸ਼ੁਰੂ PSCB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ ਪੱਤਰਾਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਰੀਪੇਅਰ, ਵਾਧੂ ਵਿਸ਼ਾ ਦਰਜਾ ਬਦਾਉਣ ਅਤੇ 10ਵੀਂ ਪੰਜਾਬੀ ਤਮਾਹੀ ਪ੍ਰੀਖਿਆ ਨਵੰਬਰ ਪ੍ਰੀਖਿਆ 2021 골ਡਨ ਚਾਂਸ ਮੋਡ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਨੂੰ ਬੈਂਕ ਦੀ ਸੇਫ ਕਸਟਡੀ ਚ ਰੱਖਣਾ ਤੇ ਉੱਥੋਂ ਪ੍ਰਾਪਤ ਕਰਨ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ ਜ਼ਿਲ੍ਹਾ ਮੈਨੇਜਰ ਖੇਤਰੀ ਦਫ਼ਤਰ ਦੀ ਟੀਮ ਆਪਣੀ ਨਿਗਰਾਨੀ ਵਿੱਚ 10ਵੀਂ ਤੇ 12ਵੀਂ ਦੇ ਪ੍ਰਸ਼ਨ ਪੱત્ર 8 ਅਤੇ 9 ਨਵੰਬਰ ਨੂੰ ਪ੍ਰਿੰਸੀਪਲ ਕਮ ਸੈਂਟਰ ਕੰਟਰੋਲਰ ਨੂੰ ਪ੍ਰਾਪਤ ਕਰਵਾ ਕੇ ਬੈਂਕ 'ਚ ਰਖਵਾਉਣਗੇ। आठ चार सौ चार सौ चार सौ जी हाँ याद कर लीजिए व्हाट्सएप नंबर क्योंकि अब चाहे आपका मैथ का सवाल हो या फिजिक्स केमिस्ट्री बायोलॉजी का आपके हर डाउट हर क्वेश्चन का मिलेगा तुरंत वीडियो सोल्यूशन वो भी सीधा आपके व्हाट्सएप पर बस अपने फ़ोन में डाउटनेट का आठ चार सौ चार सौ चार सौ व्हाट्सएप नंबर सेव कीजिए और चैट ओपन कीजिए फिर जो भी आपका डाउट है उस सवाल की बस आपको फोटो खींचनी है उसे क्रॉप करना है और पाँच सेकंड में आपको उसका वीडियो सोल्यूशन मिल जाएगा छः से बारह आईआईटी नीट सीबीएसई और सभी स्टेट के बच्चों के लिए तो देर किस बात की अभी जाइए और आठ चार सौ चार सौ चार सौ पर अपना सवाल व्हाट्सएप कीजिए और अपने सभी डाउट्स को करिए आउट लिंक डिस्क्रिप्शन में है प्रश्न पत्र प्राप्त करने वाला अधिकारी स्कूल के लेंटर से दस्तक आई डी TT ਕਾਰਡ ਬੈਂਕ ਵਿੱਚ ਪੇਸ਼ ਕਰੇਗਾ 10 ਨਵੰਬਰ ਤੋਂ ਬੈਂਕ ਵਿੱਚੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਸਵੇਰ 10 ਤੋਂ 10:30 ਵਜੇ ਦੌਰਾਨ ਪ੍ਰਾਪਤ ਕੀਤੇ ਜਾਣਗੇ ਸਿੰਗਲ ਕੇਬਲ ਵਿਲੱਖਣ ਸਮਰੱਥਾ ਪ੍ਰੀਖਿਆ ਕੇਂਦਰ 'ਚ ਪ੍ਰਸ਼ਨ ਪੱਤਰਾਂ ਦਾ ਪੈਕੇਟ ਖੋਲਣ ਦੇ ਸਮੇਂ ਮੋਬਾਈਲ ਦੀ ਲੋਕੇਸ਼ਨ ਆਨ ਕਰਕੇ ਰਿਕਾਰਡਿੰਗ ਕੀਤੀ ਜਾਵੇਗੀ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਇੱਕ ਹੀ ਲੋਹੇ ਦੇ ਬਕਸੇ ਵਿੱਚ ਰੱਖੇ ਜਾਣਗੇ ਪ੍ਰਸ਼ਨ ਪੱਤਰ ਡੇਟ ਸ਼ੀਟ ਅਨੁਸਾਰ ਉਸੇ ਉਸ ਦੇ ਬੀਜੇ ਦਾ ਪ੍ਰਾਪਤ ਕੀਤਾ ਜਾਵੇਗਾ ਅਤੇ ਬੈਂਕ ਤੋਂ ਰਸੀਦ ਲਈ ਜਾਵੇਗੀ। ਕੇਂਦਰ ਕੰਟਰੋਲ ਅਤੇ ਪ੍ਰੀਖਿਆ ਕੇਂਦਰ ਵਿੱਚ 10ਵੀਂ ਤੇ 12ਵੀਂ ਦੇ ਪ੍ਰਸ਼ਨ ਪੱਤਰ ਅੱਧਾ ਘੰਟਾ ਪਹਿਲਾਂ ਲੁਧਿਆਣਾ ਪਹੁੰਚਾਣਾ ਯਕੀਨੀ ਬਣਾਉਣਗੇ। ਪ੍ਰਸ਼ਨ ਪੱਤਰ ਪ੍ਰਾਪਤ ਕਰਨ ਉਪਰੰਤ ਜੇਕਰ ਕਿਸੇ ਵਿਸ਼ੇ ਦੇ ਪ੍ਰਸ਼ਨ ਪੱਤਰ ਘੱਟ ਪ੍ਰਾਪਤ ਹੁੰਦਾ ਹੈ ਜਾਂ ਪ੍ਰਾਪਤ ਨਹੀਂ ਹੋਏ ਤਾਂ ਉਸ ਸੰਬੰਧੀ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਜਾਵੇਗਾ। 골ਡਨ ਚਾਂਸ ਮੋਡ ਪ੍ਰੀਖਿਆ ਅਤੇ ਪੰਜਾਬੀ ਬਾਧੂ ਵਿਸ਼ਾ ਤਮਾਹੀ ਪ੍ਰੀਖਿਆ ਦੇ ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਵੱਖਰੇ ਥੈਲੇ 'ਚ ਭੇਜੇ ਜਾਣਗੇ ਇਹਨਾਂ ਦੀ ਉੱਤਰ ਪੁਸਤਕ ਵੀ ਵੱਖਰੇ ਥੈਲੀਆਂ 'ਚ ਸੀਲ ਕੀਤੀ ਜਾਵੇਗੀ ਕੋਵਿਡ-19 ਦੇ ਸਬੰਧ ਵਿੱਚ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ਤਾਂ ਹਾਂਜੀ ਦੋਸਤੋ ਏਸੀ ਆਜ ਦੀ ਅਪਡੇਟ ਕਿ ਜਿਹੜੇ 골ਡਨ ਚਾਂਸ ਮੋਡ ਪ੍ਰੀਖਿਆ ਦੇ ਪੇਪਰ ਹੋਣਗੇ ਉਹ ਜਿਹੜੇ ਨੇ ਬੈਂਕ ਦੀ ਸੇਫ ਕਸਟਡੀ ਵਿੱਚ ਰੱਖੇ ਜਾਣਗੇ ਇਸ ਲਈ ਪੇਪਰ ਦੇ ਲੀਕ ਹੋਣ ਦੀ ਸੰਭਾਵਨਾ ਕੋਈ ਵੀ ਨਹੀਂ ਹੋਏਗੀ ਤਾਂ ਹਾਂਜੀ ਦੋਸਤੋ ਅਸੀ ਆਦੀ ਅਪਡੇਟ ਅਪਡੇਟ ਕਿਦਾਂ ਲਗੀ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਧੰਨਵਾਦ